ਹਾਂਜੀ ਬਹੁਤ ਹੀ ਪਿਆਰੇ ਸਰੋਤਿਓ, ਅੱਜ ਆਪਾਂ ਗੱਲ ਕਰਦੇ ਹਾਂ ਗੀਤ, ਕਵਿਤਾ ਅਤੇ ਗਜ਼ਲ ਦੇ ਫਰਕ ਬਾਰੇ। ਅਤੇ ਕਵਿਤਾ ਤਾਂ ਜਿਵੇਂ ਕੋਈ ਵੀ ਹੋ ਸਕਦੀ ਹੈ, ਜਿਵੇਂ ਗੀਤ ਗਜ਼ਲ ਕਾਫੀ ਹੀ ਇੱਕ ਕਵਿਤਾ ਹੈ, ਕਵਿਤਾ ਇੱਕ ਰੂਪ ਹੈ, ਪਰ ਗੀਤ ਗਜ਼ਲ ਨਜ਼ਮ ਰੁਬਾਈ ਖੁੱਲ੍ਹੀ ਕਵਿਤਾ ਇਹ ਰੂਪਕਾਰ ਹਨ। ਗੀਤ ਵਿੱਚ ਇੱਕ ਸਥਾਈ ਅਤੇ ਬਾਕੀ ਸਾਰੇ ਅੰਤਰੇ ਹੁੰਦੇ ਹਨ, ਅਤੇ ਅੰਤਰੇ ਤੋਂ ਪਹਿਲਾਂ ਤੁਕ ਦਾ ਕਾਫੀਆ ਮਿਲਦਾ ਹੁੰਦਾ ਹੈ। ਗਜ਼ਲ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਮਸਲਸ ਅਤੇ ਦੂਸਰੀ ਗੈਸ ਮਸਲਸ। ਮਸਲਸ ਵਿੱਚ ਸ਼ੇਰ ਦਾ ਵਿਸ਼ਾ ਵਸਤੂ ਇੱਕ ਲੜੀ ਵਿੱਚ ਪਰੋਇਆ ਜਾਂਦਾ ਹੈ, ਸ਼ੁਰੂ ਤੋਂ ਲੈ ਕੇ ਅੰਤ ਤੱਕ ਵਿਸ਼ਾ ਇੱਕ ਲੜੀ ਵਿੱਚ ਚੱਲਦਾ ਹੈ। ਗੈਰ ਮਸਲਸ ਵਿੱਚ ਹਰ ਸ਼ੇਰ ਦਾ ਆਪਣਾ ਵਿਸ਼ਾ ਹੁੰਦਾ ਹੈ, ਪਹਿਲੇ ਸ਼ੇਰ ਦਾ ਵਿਸ਼ਾ ਵਸਤੂ ਦੂਸਰੇ ਨਾਲ ਨਹੀਂ ਰਲਦਾ। ਪਹਿਲਾ ਸ਼ੇਰ ਗਜ਼ਲ ਦਾ ਮਤਲਾ ਅਤੇ ਦੂਸਰਾ ਹੁਸਨੇ ਮਤਲਾ ਅਖਵਾਉਂਦਾ ਹੈ, ਅਤੇ ਆਖਰੀ ਸ਼ੇਰ ਨੂੰ ਮਕਤਾ ਕਿਹਾ ਜਾਂਦਾ ਹੈ। ਅਤੇ ਹੁਣ ਆਪਾਂ ਗਜ਼ਲ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਗਜ਼ਲ ਮੂਲ ਤੌਰ 'ਤੇ ਅਰਬੀ ਸ਼ਾਇਰੀ ਦੀ ਇੱਕ ਵਿਧਾ ਹੈ। ਬਾਅਦ ਵਿੱਚ ਇਹ ਈਰਾਨ ਤੋਂ ਹੁੰਦੀ ਹੋਈ ਭਾਰਤ ਪਹੁੰਚੀ ਅਤੇ ਫਾਰਸੀ ਅਤੇ ਉਰਦੂ ਸ਼ਾਇਰੀ ਵਿੱਚ ਰਚਮਿਚ ਗਈ। ਇਸ ਕਾਵਿ ਵਿਧਾ ਵਿੱਚ ਆਰਜ਼ੂ ਦੇ ਨਿਯਮਾਂ ਦੀ ਬੰਦਿਸ਼ ਨੇ ਇਸ ਨੂੰ ਸੰਗੀਤ ਨਾਲ ਇਕਸੁਰ ਕਰ ਦਿੱਤਾ। ਇਸ ਲਈ ਇਹ ਗਾਇਕੀ ਦੇ ਖੇਤਰ ਵਿੱਚ ਸੋਜਾਤਮਕ ਬੁਲੰਦੀਆਂ ਛੂਹ ਗਈ। 14ਵੀਂ ਸਦੀ ਦੇ ਫਾਰਸੀ ਸ਼ਾਇਰ ਹਾਫਿਜ਼ ਸਿਰਾਜੀ ਤਈ ਕਾਵਿਕ ਜਾਦੂਗਰੀ ਨੇ ਯੂਰਪ ਵਿੱਚ ਮਹਾਨ ਜਰਮਨ ਕਵੀ ਗੇਟੇ ਅਤੇ ਸਪੇਨੀ ਕਵੀ ਲੋਰਕਾ ਤੱਕ ਇਸ ਵਿਧਾ ਵਿੱਚ ਸ਼ਾਇਰੀ ਕਰਨ ਲਈ ਪ੍ਰੇਰ ਲਿਆ। ਨਿਰੁਕਤੀ ਅਤੇ ਉਚਾਰਨ ਦੇ ਬਾਰੇ ਗੱਲ ਕਰਦੇ ਹਾਂ। ਸ਼ਬਦ ਗਜ਼ਲ ਅਰਬੀ ਤੋਂ ਆਇਆ ਹੈ, ਮੂਲ ਹਿਜੇ ਗਜ਼ਲ ਹਨ, ਗਜ਼ਲ ਹਨ। ਇਸ ਦੇ ਅਰਬੀ ਵਿੱਚ ਤਿੰਨ ਸੰਭਵ ਅਰਥ ਹਨ, ਗਜ਼ਿਲਾ ਭਾਵ ਮਿੱਠੀਆਂ ਗੱਲਾਂ, ਜਾਂ ਗਜ਼ਲ ਕਰਨਾ ਵਰਗਲਾਉਣਾ ਜਾਂ ਕਾਮੁਕ ਨਖਰੇ ਕਰਨਾ, ਹਿਰਨੋਟੀ ਇੱਕ ਅੰਗਰੇਜ਼ੀ ਦੇ ਵਿੱਚ ਆਪਾਂ ਕਹਿੰਦੇ ਹਾਂ ਗਜ਼ਾਲ, ਜਾਂ ਗੈਜ਼ਲ ਸ਼ਬਦ ਦਾ ਮੂਲ ਹੈ, ਸੂਤ ਕੱਤਣਾ ਗਜ਼ਲ। ਕਾਵਿ ਰੂਪ ਆਪਣਾ ਨਾਮ ਪਹਿਲੇ ਅਤੇ ਦੂਸਰੇ ਨਿਰੁਕਤੀ ਮੂਲਾਂ ਤੋਂ ਬਣਾਇਆ ਹੈ। ਇਹ ਖਾਸ ਅਨੁਵਾਦ ਗਜ਼ਲ ਦਾ ਅਰਥ ਦਰਸਾਉਂਦਾ ਹੈ, ਜ਼ਖਮੀ ਹਿਰਨ ਦੀ ਚੀਕ ਪੁਕਾਰ, ਜੋ ਕਿ ਸਾਰੀਆਂ ਗਜ਼ਲਾਂ ਲਈ ਸਾਂਝੇ ਨਾਕਾਮ ਪਿਆਰ ਦੀ ਥੀਮ ਨੂੰ ਬਹੁਤ ਪ੍ਰਸੰਗ ਪ੍ਰਦਾਨ ਕਰਦਾ ਹੈ। ਅਰਬੀ ਸ਼ਬਦ ਗਜ਼ਲ ਦਾ ਉਚਾਰਨ ਮੋਟੇ ਤੌਰ 'ਤੇ ਅੰਗਰੇਜ਼ੀ ਸ਼ਬਦ ਗੁਜ਼ਲ ਵਾਂਗ ਹੈ, ਪਰ ਜੀ ਦਾ ਉਚਾਰਨ ਜੀਭ ਦੇ ਨਰਮ ਤਾਲੂ ਦੇ ਵਿਚਕਾਰ ਪੂਰਨ ਰੁਕਾਵਟ ਦੇ ਬਗੈਰ ਹੁੰਦਾ ਹੈ। ਗਜ਼ਲ ਦੀ ਤਕਨੀਕ, ਗਜ਼ਲ ਦਾ ਪਹਿਲਾ ਸ਼ੇਅਰ ਮਤਲਾ ਹੁੰਦਾ ਹੈ, ਜਿਸ ਦੇ ਦੋਨੋਂ ਮਿਸਰੇ ਹਮਕਾਫੀਆ ਅਤੇ ਹਮਰੀਦ ਹਮਰਦੀਫ ਹੁੰਦੇ ਹਨ। ਇਸ ਦੇ ਬਾਅਦ ਗਜ਼ਲ ਦੇ ਹਰ ਸ਼ੇਅਰ ਵਿੱਚ ਦੂਸਰਾ ਮਿਸਰਾ ਮਤਲੇ ਦੇ ਕਾਫੀ ਅਤੇ ਰਦੀਫ ਨਾਲ ਮੇਲ ਖਾਂਦਾ ਹੁੰਦਾ ਹੈ। ਇਸ ਤਰ੍ਹਾਂ ਇਹ ਸਿਲਸਿਲਾ ਜਾਰੀ ਰਹਿੰਦਾ ਹੈ ਅਤੇ ਫਿਰ ਅੰਤਮ ਸ਼ੇਅਰ ਵਿੱਚ ਕਵੀ ਆਪਣਾ ਤਖੱਲਸ ਇਸਤੇਮਾਲ ਕਰਦਾ ਹੈ ਅਤੇ ਉਸਨੂੰ ਮੁਕਤਾ ਕਿਹਾ ਜਾਂਦਾ ਹੈ। ਅਮਰਜੀਤ ਸੰਧੂ ਅਨੁਸਾਰ ਮਕਤੇ ਨਾਲ ਲਿਖੀ ਜਾਂ ਗਜ਼ਲ ਦਾ ਸਿਲਸਿਲਾ ਖਤਮ ਕਰ ਦਿੱਤਾ ਜਾਂਦਾ ਹੈ। ਜੇ ਆਖਰੀ ਸ਼ੇਅਰ ਵਿੱਚ ਸ਼ਾਇਰ ਦਾ ਉਪਨਾਮ ਨਾ ਆਉਂਦਾ ਹੋਵੇ ਤਾਂ ਇਸਨੂੰ ਮਕਤਾ ਕਹਿਣ ਦੀ ਥਾਂ ਕੇਵਲ ਆਖਰੀ ਸ਼ੇਅਰ ਕਿਹਾ ਜਾ ਸਕਦਾ ਹੈ।
ਗਜ਼ਲ ਦੇ ਪਹਿਲੇ ਚੰਗੇ ਪ੍ਰਭਾਵ ਵਾਸਤੇ ਜੇ ਮਤਲਾ ਜ਼ੋਰਦਾਰ ਹੋਣਾ ਚਾਹੀਦਾ ਹੈ ਤਾਂ ਗਜ਼ਲ ਦੇ ਅੰਤਮ ਅਤੇ ਦੇਰ ਪਾ ਪ੍ਰਭਾਵ ਵਾਸਤੇ ਮਕਤਾ ਵੀ ਬਹੁਤ ਜ਼ੋਰਦਾਰ ਹੋਣਾ ਚਾਹੀਦਾ ਹੈ। ਗਜ਼ਲ ਦੀ ਕਾਮਯਾਬੀ ਵਿੱਚ ਇਸ ਨੁਕਤੇ ਦਾ ਇੱਕ ਵਿਸ਼ੇਸ਼ ਰੋਲ ਰਹਿੰਦਾ ਹੈ। ਜੇਕਰ ਗਜ਼ਲ ਦੇ ਸਾਰੇ ਸ਼ੇਰਾਂ ਵਿੱਚ ਇੱਕੋ ਵਿਸ਼ਾ ਲਿਆ ਜਾਵੇ ਤਾਂ ਇਸ ਪ੍ਰਕਾਰ ਦੀ ਗਜ਼ਲ ਨੂੰ ਮੁਸਲਸ ਗਜ਼ਲ ਕਿਹਾ ਜਾਂਦਾ ਹੈ। ਜੇਕਰ ਗਜ਼ਲ ਦੇ ਹਰ ਸ਼ੇਰ ਵਿੱਚ ਅੱਡ ਅੱਡ ਵਿਸ਼ਾ ਨਿਭਾਇਆ ਜਾਵੇ ਤਾਂ ਇਸ ਨੂੰ ਗੈਰ ਮੁਸਲਸ ਗਜ਼ਲ ਕਿਹਾ ਜਾਂਦਾ ਹੈ। 12ਵੀਂ ਸਦੀ ਵਿੱਚ ਗਜ਼ਲ ਨਵੇਂ ਇਸਲਾਮੀ ਸਲਤਨਤ ਦਰਬਾਰਾਂ ਫਕੀਰਾਂ ਦੇ ਪ੍ਰਭਾਵ ਹੇਠ ਦੱਖਣ ਏਸ਼ੀਆ ਵਿੱਚ ਫੈਲ ਗਈ। ਹਾਲਾਂਕਿ ਗਜ਼ਲ ਸਭ ਤੋਂ ਉੱਭਰਵੇਂ ਤੌਰ 'ਤੇ ਦਾਰੀ ਅਤੇ ਉਰਦੂ ਕਵਿਤਾ ਹੈ। ਅੱਜ ਇਹ ਹਿੰਦ ਉਪ ਮਹਾਂਦੀਪ ਦੀਆਂ ਕਈ ਭਾਸ਼ਾਵਾਂ ਦੀ ਕਵਿਤਾ ਵਿੱਚ ਆਮ ਮਿਲਦਾ ਇੱਕ ਰੂਪ ਹੈ। ਜਲਾਲੂਦੀਨ ਮੁਹੰਮਦ ਰੂਮੀ ਅਤੇ ਹਾਫਿਜ਼ ਅਜੇਰੀ ਕਵੀ ਫੁਜੂਲੀ ਜੇ ਉੱਘੇ ਫਾਰਸੀ ਫਕੀਰਾਂ ਅਤੇ ਕਵੀਆਂ ਨੇ ਗਜ਼ਲ ਨੂੰ ਆਪਣੇ ਰਹੱਸਵਾਦ ਦਾ ਜ਼ਰੀਆ ਬਣਾਇਆ ਅਤੇ ਨਾਲ ਹੀ ਮਿਰਜ਼ਾ ਗਾਲਿਬ ਅਤੇ ਮੁਹੰਮਦ ਇਕਬਾਲ ਜਿਨ੍ਹਾਂ ਨੇ ਫਾਰਸੀ ਅਤੇ ਉਰਜ਼ੂ ਵਿੱਚ ਗਜ਼ਲ ਲਿਖੀ ਅਤੇ ਬੰਗਾਲੀ ਕਵੀ ਕਾਜ਼ੀ ਨਜ਼ਰੂਲ ਇਸਲਾਮ ਜੁਹਾਨ ਵੋਲਫਗੈਂਗ ਵਾਨ ਗੇਟੇ ਦੇ ਪ੍ਰਭਾਵ ਰਾਹੀਂ ਗਜ਼ਲ ਜਰਮਨੀ ਵਿੱਚ ਬਹੁਤ ਹਰਮਨ ਪਿਆਰੀ ਹੋਈ। ਇਸ਼ਕ ਮਨੁੱਖਤਾ ਦਾ ਸਭ ਤੋਂ ਸੰਪੂਰਨ ਅਤੇ ਪ੍ਰਭਾਵਕ ਵਿਸ਼ਾ ਹੈ। ਨਿਰੋਲ ਇਸ਼ਕ ਦਾ ਬਿਆਨ ਗਜ਼ਲ ਦਾ ਅਸਲੀ ਰੰਗ ਹੈ। ਮਨੁੱਖੀ ਸੁੰਦਰਤਾ ਦਾ ਕਾਵਿਕ ਨਿਰੂਪਣ ਗਜ਼ਲ ਦੀ ਰੂਹ ਹੈ। ਇਸ਼ਕ ਦੀ ਖਿੱਚ ਹਰ ਕਿਸੇ ਨੂੰ ਹੈ, ਗਰੀਬ ਅਮੀਰ ਬੱਚੇ। ਉਰਦੂ ਗਜ਼ਲ ਦਾ ਬਾਦਸ਼ਾਹ ਮੀਰ ਕਹਿੰਦਾ ਹੈ, ਇਸ਼ਕ ਹੀ ਇਸ਼ਕ ਹੈ ਜਹਾਂ ਦੇਖੋ, ਸਾਰੇ ਆਲਮੇ ਭਰ ਰਿਹਾ ਹੈ ਇਸ਼ਕ। ਬਿਆਨ ਦੀ ਨਵੀਨਤਾ, ਮੌਲਿਕਤਾ ਅਤੇ ਰੌਚਕਤਾ। ਲਿਖਣ ਢੰਗ ਗਜ਼ਲ ਦੀ ਜਾਨ ਹੁੰਦਾ ਹੈ। ਵਿਸ਼ੇ ਤਾਂ ਕਈ ਸਦੀਆਂ ਹੋਇਆ ਰਿਵਾਜੀ ਅਤੇ ਪ੍ਰਚਲਿਤ ਚੱਲੇ ਆਉਂਦੇ ਹਨ। ਸ਼ਾਇਰ ਦਾ ਕਲਾਮ ਖਿਆਲਾਂ ਨੂੰ ਨਵੇਂ ਢੰਗ ਵਿੱਚ ਅਦਾ ਕਰਨ 'ਤੇ ਹੀ ਨਿਰਭਰ ਕਰ ਰਿਹਾ ਹੈ। ਹਰ ਮਹਾਨ ਗਜ਼ਲ ਲੇਖਕ ਦਾ ਆਪਣਾ ਖਾਸ ਰੰਗ ਹੈ, ਜਿਸ ਦਾ ਉਹ ਉਸਤਾਦ ਹੁੰਦਾ ਹੈ। ਹਾਫਿਜ਼ ਦਾ ਬਿਆਨ ਢੰਗ ਜਾਂ ਸ਼ੈਲੀ ਅਜਿਹੀ ਅਦਭੁਤ ਹੈ ਕਿ ਉਸ ਦੀ ਰੀਸ ਨਹੀਂ ਹੋ ਸਕਦੀ। ਭਾਵੇਂ ਲੱਖਾਂ ਕਵੀਆਂ ਨੇ ਉਸਦੀ ਪੈਰਵੀ ਦਾ ਦਮ ਭਰਿਆ, ਨਵੀਆਂ ਤਸਬੀਹਾਂ ਇਸ਼ਤਿਆਰੇ, ਨਵੀਆਂ ਤਸਲੀਮਾਂ, ਨਵੇਂ ਢੰਗ ਜੋ ਕਿ ਲਿਖਣ ਵਾਲੇ ਹਨ। ਨਵੀਂ ਸ਼ਬਦਾਵਲੀ ਗਜ਼ਲ ਲਈ ਜ਼ਰੂਰ ਹੈ। ਅੱਗੇ ਤਕਨੀਕ ਦੀ ਨਿਪੁੰਨਤਾ ਦੀ ਗੱਲ ਕਰੀਏ ਆਪਾਂ। ਗਜ਼ਲ ਦੀ ਇੱਕ ਖਾਸ ਤਕਨੀਕ ਹੈ, ਉਸ ਵਿੱਚ ਨਿਪੁੰਨਤਾ ਪ੍ਰਾਪਤ ਕੀਤੇ ਬਿਨਾਂ ਉਸਤਾਦੀ ਕਿੱਥੇ। ਹਰ ਮਹਾਨ ਫਾਰਸੀ ਕਵੀ ਇਲਮ ਅਰੂਜ਼ ਜਾਂ ਪਿੰਗਲ ਸ਼ਾਸਤਰ ਤੋਂ ਜ਼ਰੂਰ ਪੂਰੀ ਤਰ੍ਹਾਂ ਜਾਣੂ ਹੁੰਦੀ ਹੈ। ਵਜ਼ਨ ਜਾਂ ਤਕਨੀਕ ਦੀ ਹਰ ਉਕਾਈ ਉੱਤੇ ਇੱਕਦਮ ਕਈਆਂ ਉਂਗਲੀਆਂ ਉੱਠਦੀਆਂ ਹਨ। ਤਕਨੀਕ ਦੀ ਗਲਤੀ ਦਾ ਕੋਈ ਜਵਾਬ ਨਹੀਂ ਹੋ ਸਕਦਾ ਸਿਵਾਏ ਸ਼ਰਮਿੰਦਗੀ ਦੇ। ਹੁਣ ਆਪਾਂ ਗੀਤ ਦੀ ਗੱਲ ਕਰਦੇ ਹਾਂ। ਗੀਤ ਇੱਕ ਐਸੀ ਸੰਗੀਤ ਜਾਂ ਸਾਹਿਤ ਨਾਲ ਜੁੜੀ ਕਲਾਮਈ ਪੇਸ਼ਕਾਰੀ ਹੁੰਦੀ ਹੈ, ਜਿਸ ਵਿੱਚ ਸੁਰਾਂ ਦੀ ਇੱਕ ਲਹਿਰ ਹੁੰਦੀ ਹੈ। ਇਸ ਵਿੱਚ ਇਨਸਾਨੀ ਆਵਾਜ਼ ਵੀ ਸ਼ਾਮਿਲ ਹੁੰਦੀ ਹੈ ਅਤੇ ਉਹ ਗੀਤ ਦੇ ਬੋਲ ਗਾਵੇ। ਗੀਤ ਗਾਇਆ ਜਾਂਦਾ ਹੈ ਅਤੇ ਸੁਰ ਵਿੱਚ ਅਦਾ ਕੀਤੀ ਜਾਂਦੀ ਹੈ। ਇਨਸਾਨੀ ਆਵਾਜ਼ ਦੇ ਨਾਲ ਸੰਗੀਤਕ ਸਾਜ਼ ਵੀ ਇਸਤੇਮਾਲ ਹੁੰਦੇ ਹਨ। ਕੁਝ ਗੀਤ ਅਜਿਹੇ ਹਨ ਜਿਨ੍ਹਾਂ ਵਿੱਚ ਸਾਜ਼ ਨਹੀਂ ਹੁੰਦੇ ਅਤੇ ਗੀਤ ਦੇ ਸਾਰੇ ਪਹਿਲੂ ਇਨਸਾਨੀ ਆਵਾਜ਼ ਰਾਹੀਂ ਹੀ ਪੂਰੇ ਗਾਏ ਜਾਂਦੇ ਹਨ।
ਗੀਤ ਦੇ ਬੋਲ ਆਮ ਤੌਰ 'ਤੇ ਕਾਵਿ ਟੁਕੜੇ ਹੁੰਦੇ ਹਨ ਜਿਨ੍ਹਾਂ ਅਦਾਇਗੀ ਸਮੇਂ ਸੁਰ ਅਤੇ ਤਾਲ ਨੂੰ ਪੂਰਾ ਪੂਰਾ ਖਿਆਲ ਰੱਖਿਆ ਜਾਂਦਾ ਹੈ। ਗੀਤ ਨੂੰ ਜਾਂ ਇੱਕ ਹੀ ਗਾਇਕ ਆਉਂਦਾ ਹੈ ਜਾਂ ਫਿਰ ਕੇਂਦਰੀ ਗਾਇਕ ਦੇ ਨਾਲ ਕਈ ਹੋਰ ਆਵਾਜ਼ਾਂ ਵੀ ਸ਼ਾਮਿਲ ਹੁੰਦੀਆਂ ਹਨ ਜੋ ਕਿ ਸੁਰ ਚੁੱਕਣ ਉਸ ਦੀਆਂ ਹੋਰ ਲੋੜਾਂ ਪੂਰੀਆਂ ਕਰਨ ਲਈ ਸ਼ਾਮਿਲ ਹੁੰਦੇ ਹਨ। ਇਹ ਆਮ ਤੌਰ 'ਤੇ ਗੀਤ ਦੇ ਵਾਰ ਵਾਰ ਦੁਹਰਾਏ ਜਾਣ ਵਾਲੇ ਬੋਲ ਅਦਾ ਕਰਦੇ ਹਨ ਜਾਂ ਫਿਰ ਕੇਂਦਰੀ ਗਾਇਕ ਦੇ ਹਮ ਆਵਾਜ਼ ਸੁਰਾਂ ਨੂੰ ਬਲ ਪ੍ਰਦਾਨ ਕਰਦੇ ਹਨ। ਗੀਤ ਵੀ ਬਹੁਤ ਸਾਰੇ ਪ੍ਰਕਾਰ ਦੇ ਹੁੰਦੇ ਹਨ। ਅੱਗੇ ਆਪਾਂ ਕਵਿਤਾ ਦੀ ਗੱਲ ਕਰੀਏ। ਕਵਿਤਾ ਸਾਹਿਤ ਦਾ ਇੱਕ ਰੂਪ ਹੈ ਜਿਸ ਵਿੱਚ ਕਵੀ ਸ਼ਬਦਾਂ ਉਹਨਾਂ ਦੇ ਆਮ ਅਰਥਾਂ ਨਾਲੋਂ ਵਧੇਰੇ ਅਰਥ ਪ੍ਰਦਾਨ ਕਰਦਾ ਹੈ। ਹੁਣ ਆਪਾਂ ਕਵਿਤਾ ਦੀ ਗੱਲ ਕਰਦੇ ਹਾਂ। ਕਵਿਤਾ ਸਾਹਿਤ ਦਾ ਇੱਕ ਰੂਪ ਹੈ ਜਿਸ ਵਿੱਚ ਕਵੀ ਸ਼ਬਦਾਂ ਨੂੰ ਉਹਨਾਂ ਦੇ ਆਮ ਅਰਥਾਂ ਨਾਲੋਂ ਵਧੇਰੇ ਅਰਥ ਪ੍ਰਦਾਨ ਕਰਨ ਲਈ ਕਾਵਿਕ ਸਾਧਨਾ ਲੈ ਅਲੰਕਾਰ ਅਤੇ ਸ਼ਬਦ ਦੀਆਂ ਲੱਖਣਾਂ ਅਤੇ ਵਿਅੰਜਨਾ ਸ਼ਕਤੀਆਂ ਦਾ ਪ੍ਰਯੋਗ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਕਵਿਤਾ ਆਪਣੇ ਵਿਸ਼ੇਸ਼ ਕਲਾਤਮਕ ਪ੍ਰਯੋਜਨ ਲਈ ਭਾਸ਼ਾ ਦੇ ਸੋਜਾਤਮਕ ਅਤੇ ਲੈ ਆਤਮਕ ਗੁਣਾਂ ਦੀ ਵਰਤੋਂ ਕਰਦੀ ਹੈ। ਕਵਿਤਾ ਭਾਸ਼ਾ ਦੇ ਅੰਦਰ ਇੱਕ ਹੋਰ ਭਾਸ਼ਾ ਹੁੰਦੀ ਹੈ। ਇਸ ਵਿੱਚ ਖਿਆਲ, ਭਾਵ, ਦ੍ਰਿਸ਼, ਆਕਾਰ, ਧੁੰਨ ਦੀ ਤਾਕਤ ਇਕੱਠੀ ਹੋਈ ਹੁੰਦੀ ਹੈ। ਬਾਕੀ ਕਵਿਤਾ ਦੇ ਬਾਰੇ ਆਪਾਂ ਹੋਰ ਵੀ ਕਰਦੇ ਹਾਂ। ਵਿਸ਼ਵ ਭਰ ਦੇ ਸਾਹਿਤ ਨੂੰ ਵਾਚਿਆ ਜਾਵੇ ਤਾਂ ਇਹ ਗਿਆਨ ਪ੍ਰਾਪਤ ਹੁੰਦਾ ਹੈ ਕਿ ਕਵਿਤਾ ਸਾਹਿਤ ਦਾ ਪ੍ਰਥਮ ਸਰੂਪ ਹੈ। ਦੁਨੀਆ ਦੀ ਹਰ ਭਾਸ਼ਾ ਵਿੱਚ ਕਵਿਤਾ ਪਹਿਲਾਂ ਜਨਮੀ ਅਤੇ ਵਾਰਤਕ ਬਾਅਦ ਵਿੱਚ ਹੋਂਦ ਵਿੱਚ ਆਈ। ਕਵਿਤਾ ਦਿਲ ਦੀ ਬੋਲੀ ਹੈ ਜਦਕਿ ਵਾਰਤਕ ਦਿਮਾਗ ਦੀ ਬੋਲੀ ਹੈ। ਕਵਿਤਾ ਮਨੁੱਖੀ ਹਿਰਦਿਆਂ ਦੇ ਵਲਵਲਿਆਂ ਦੀ ਸੁਰਜਮਈ ਤਰਜਮਾਨੀ ਕਰਦੀ ਹੈ। ਕਵਿਤਾ ਆ ਮੁਹਾਰੇ ਦਿਲੀ ਭਾਵਾਂ ਦਾ ਪ੍ਰਗਟਾ ਹੈ ਅਤੇ ਇਸ ਦਾ ਮੁੱਢਲਾ ਸਰੂਪ ਲੋਕ ਕਾਵਿ ਦਾ ਹੈ। ਕਵਿਤਾ ਇੱਕ ਅਜਿਹੀ ਸ਼ਬਦ ਰਚਨਾ ਹੈ ਜੋ ਸਹਿਰਦ ਮਨੁੱਖੀ ਜਜ਼ਬਿਆਂ ਭਾਵਨਾਵਾਂ ਦਾ ਪ੍ਰਗਟਾ ਲੈਬੱਧ ਰੂਪ ਵਿੱਚ ਕਰਦੀ ਹੈ ਅਤੇ ਕਲਪਨਾ ਦੀ ਸਹਾਇਤਾ ਨਾਲ ਆਨੰਦ ਅਤੇ ਸੱਚਾਈ ਦਾ ਪ੍ਰਤੱਖ ਪੱਧਰ 'ਤੇ ਸਾਕਾਰ ਕੀਤਾ ਜਾਂਦਾ ਹੈ। ਗੱਲ ਕਿ ਕਵਿਤਾ ਵਿੱਚ ਜਜ਼ਬੇ, ਕਲਪਨਾ, ਲੈ, ਖਿਆਲ ਆਦਿ ਦਾ ਸੁਮੇਲ ਹੁੰਦਾ ਹੈ। ਕਵਿਤਾ ਵਿੱਚ ਮਨੁੱਖੀ ਜਜ਼ਬੇ ਸ਼ਬਦਾਂ ਦਾ ਪਹਿਰਾਵਾ ਪਹਿਨ ਕੇ ਸੁਰ ਤਾਲ ਜਾਂ ਗੂੰਜਣ ਲੱਗ ਪੈਂਦੇ ਹਨ। ਮਨੁੱਖੀ ਮਨ ਦੀਆਂ ਖੁਸ਼ੀਆਂ, ਗਮੀਆਂ ਦੇ ਤਿੱਖੇ ਵਲਵਲੇ ਜਦੋਂ ਬੇਕਾਬੂ ਹੋ ਜਾਂਦੇ ਹਨ ਉਹ ਬੋਲੀ ਦੀਆਂ ਧੁਨੀਆਂ ਵਿੱਚ ਉੱਛਲ ਪੈਂਦੇ ਹਨ ਅਤੇ ਇਹ ਉਛਾਲ ਕਵਿਤਾ ਦਾ ਰੂਪ ਧਾਰਨ ਕਰ ਲੈਂਦਾ ਹੈ। ਅਤੇ ਇਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕਵਿਤਾ ਜਿਹੜੀ ਆ ਭਾਵਨਾ ਉਸ ਦੇ ਵਿੱਚ ਆਪ ਮੁਹਾਰੇ ਹੀ ਆ ਜਾਂਦੀ ਹੈ। ਕਵਿਤਾ ਦੇ ਬਹੁਤ ਸਾਰੇ ਤੱਤ ਹੁੰਦੇ ਹਨ ਜਿਵੇਂ ਕਲਪਨਾ ਹੋ ਗਈ, ਉਹ ਸੋਚ ਕੇ ਆਪਾਂ ਲਿਖਦੇ ਹਾਂ, ਭਾਵ ਹੁੰਦੇ ਨੇ ਉਸ ਦੇ ਵਿੱਚ ਆਪਣੇ, ਬੁੱਧੀ ਤੱਤ ਵੀ ਹੁੰਦੇ ਨੇ, ਕਾਵਿ ਭਾਸ਼ਾ ਵੀ ਆਪਾਂ ਨੂੰ ਵਰਤਣੀ ਪੈਂਦੀ ਹੈ, ਰਸ ਵੀ ਹੁੰਦਾ ਕਵਿਤਾ ਦੇ ਵਿੱਚ, ਪ੍ਰਤੀਕ ਵੀ ਹੁੰਦੇ ਨੇ ਅਤੇ ਇਸ ਤੋਂ ਇਲਾਵਾ ਅਲੰਕਾਰਾਂ ਦੀ ਵਰਤੋਂ ਵੀ ਕਰਦੇ ਹਾਂ ਆਪਾਂ ਅਤੇ ਛੰਦ ਵੀ ਆਪਾਂ ਵਰਤਦੇ ਹਾਂ। ਇਸ ਤਰ੍ਹਾਂ ਇਹ ਸਾਰੀ ਕਵਿਤਾ ਹੈ ਜਿਹੜੀ ਉਹ ਬਣਦੀ ਹੈ ਅਤੇ ਜਿਹੜੇ ਸਾਰੇ ਤੱਤ ਨੇ ਉਹ ਰਲ ਕੇ ਇੱਕ ਵਧੀਆ ਮਤਲਬ ਕਵਿਤਾ ਨੂੰ ਸਿਰਜਦੇ ਨੇ। ਪਰੰਤੂ ਇਹਨਾਂ ਤੱਤਾਂ ਦੀ ਜਾਣਕਾਰੀ ਹਾਸਲ ਕਰਨਾ ਹੀ ਮਤਲਬ ਇੱਕ ਵਧੀਆ ਕਵੀ ਵਜੋਂ ਨਹੀਂ ਆਉਂਦਾ। ਜਦੋਂ ਤੱਕ ਕਵੀ ਆਪਣੇ ਸਾਰੇ ਭਾਵਾਂ ਨੂੰ ਮਹਿਸੂਸ ਨਹੀਂ ਕਰਦਾ ਉਦੋਂ ਤੱਕ ਕਵਿਤਾ ਹੈ ਜਿਹੜੀ ਉਹ ਮਤਲਬ ਵਧੀਆ ਨਹੀਂ ਲਿਖੀ ਜਾ ਸਕਦੀ। ਤਾਂ ਇਸੇ ਗੀਤ, ਕਵਿਤਾ ਅਤੇ ਗਜ਼ਲ ਦੇ ਇੱਕ ਸੰਖੇਪ ਅੰਤਰ ਤੁਹਾਡੇ ਨਾਲ ਸਾਂਝੇ ਕਰਦੇ ਹੋਏ ਅਤੇ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ। ਧੰਨਵਾਦ ਜੀ।